ਐਡਵਾਂਸ ਟ੍ਰੇਨਿੰਗ ਪ੍ਰੋਗਰਾਮ ਟ੍ਰਿਪਲ ਐਮ ਸੀਰੀਜ਼ ਦੀ ਇਹ ਆਖਰੀ ਵੀਡੀਓ ਹੈ ਸਭ ਤੋਂ ਮਹੱਤਵਪੂਰਨ ਵੀਡੀਓ ਵੀ ਇਹੀ ਗਣੀ ਜਾਵੇਗੀ ਕਿਉਂਕਿ ਤੁਹਾਡੇ ਵਿੱਚ ਬਹੁਤ ਸਾਰੇ ਦੋਸਤ ਅਜਿਹਾ ਹੋ ਸਕਦੇ ਆ ਕਿ ਜਿਨ੍ਹਾਂ ਉੱਪਰ ਟ੍ਰਿਪਲ ਐਮ ਐਡਵਾਂਸ ਲੈਵਲ ਦਾ ਜੋ ਟ੍ਰੇਨਿੰਗ ਪ੍ਰੋਗਰਾਮ ਹੈ ਉਹ ਅਸਰ ਨਾ ਕਰੇ ਘੱਟ ਅਸਰ ਕਰੇ ਅਤੇ ਜਾਂ ਥੋੜਾ ਨੁਕਸਾਨ ਕਰੇ ਹੋ ਸਕਦਾ ਤੁਹਾਡਾ ਸਰੀਰ ਥੱਕ ਗਿਆ ਹੋਵੇ ਹੋ ਸਕਦਾ ਤੁਹਾਡੀ ਨੀਂਦ ਵਿੱਚ ਕਮੀ ਆ ਗਈ ਹੋਵੇ ਅਤੇ ਹੋ ਸਕਦਾ ਤੁਹਾਡੀ ਪਾਵਰ ਵਧਣ ਦੀ ਬਜਾਏ ਘਟ ਗਈ ਹੋਵੇ ਅਅਜੀਹਾ ਸੰਭਵ ਹੈ ਅਤੇ ਅਜੀਹਾ ਕੌਤ ਗੰਭੀਰ ਗਲਤੀਆਂ ਕਾਰਨ ਹੁੰਦਾ ਜਿਸ ਕਰਕੇ ਐਡਵਾਂਸ ਲੈਵਲ ਦਾ ਟ੍ਰੇਨਿੰਗ ਪ੍ਰੋਗਰਾਮ ਹੈ ਸਾਡਾ ਐਮ ਇਹ ਤੁਹਾਡੇ ਉੱਪਰ ਅਰਥ ਦਾ ਅਨਰਥ ਕਰਨ ਲੱਗਦਾ ਅੱਜ ਅਸੀਂ ਉਹਨਾਂ ਗਲਤੀਆਂ ਉਹਨਾਂ ਮੁਸ਼ਕਲਾਂ ਬਾਰੇ ਚਰਚਾ ਕਰਾਂਗੇ ਅਤੇ ਉਹਨਾਂ ਗਲਤੀਆਂ ਉਹਨਾਂ ਮੁਸ਼ਕਲਾਂ ਨੂੰ ਹੱਲ ਕਰਨ ਦੇ ਢੰਗਾਂ ਬਾਰੇ ਚਰਚਾ ਕਰਾਂਗੇ ਤਾਂ ਕਿ 트리플 ਐਮ ਐਡਵਾਂਸ ਲੈਵਲ ਦਾ ਜੋ ਇਹ ਟ੍ਰੇਨਿੰਗ ਪ੍ਰੋਗਰਾਮ ਹੈ ਤੁਹਾਡੇ ਉੱਪਰ ਵੀ 100% ਗਾਰੰਟੀ ਨਾਲ ਅਸਰ ਕਰੇ ਹੀ ਕਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੁਣੇ ਸਬਸਕ੍ਰਾਈਬ ਕਰੋ ਘੰਟੀ ਵਾਲਾ ਬਟਨ ਹਮੇਸ਼ਾ ਦਬਾ ਕੇ ਰੱਖਣਾ ਮੇਰਾ ਨਾਮ ਹੈ ਵਰਪ੍ਰੀਤ ਸਿੰਘ ਮੱਲੀ ਹੈਲਥ ਗੁਰੂ 트리플 ਐਮ ਟ੍ਰੇਨਿੰਗ ਪ੍ਰੋਗਰਾਮ ਦੇ ਅਸਰ ਨਾ ਕਰਨ ਦਾ ਇੱਕ ਵੱਡਾ ਕਾਰਨ ਹੈ ਕਿ ਤੁਸੀਂ ਬਿਗਨਰਜ਼ ਲੈਵਲ ਦੇ ਜਿਮ ਜਾਣ ਵਾਲੇ ਹੋ ਜੇ ਤੁਸੀਂ ਐਡਵਾਂਸਡ ਟ੍ਰੇਨਿੰਗ ਸਟੇਟਸ ਵਾਲੇ ਹੋ ਜਾਂ ਘੱਟੋ ਘੱਟ ਇੰਟਰਮੀਡੀਏਟ ਸਟੇਟਸ ਵਾਲੇ ਹੋ ਤਾਂ ਤੁਹਾਨੂੰ ਇਹ ਟ੍ਰੇਨਿੰਗ ਪ੍ਰੋਗਰਾਮ ਅਸਰ ਕਰੇਗਾ ਹੀ ਕਰੇਗਾ ਆ ਬਿਗਨਰਸ ਟ੍ਰੇਨਿੰਗ ਸਟੇਟਸ ਵਾਲੇ ਲਈ ਇਹ ਜੋ ਟ੍ਰੇਨਿੰਗ ਪ੍ਰੋਗਰਾਮ ਹੈ ਕਾਫੀ ਸਖਤ ਹੋ ਨਿਬੜਦਾ ਤਾਂ ਸਭ ਤੋਂ ਪਹਿਲਾਂ ਤੁਹਾਨੂੰ ਆਪਣਾ ਟ੍ਰੇਨਿੰਗ ਸਟੇਟਸ ਸਮਝਣਾ ਪੈਣਾ ਕਿ ਤੁਸੀਂ ਬਿਗਨਰਸ ਟ੍ਰੇਨਿੰਗ ਸਟੇਟਸ ਵਾਲੇ ਤਾਂ ਨਹੀਂ ਆ ਮੋٹے ਤੌਰ ਤੇ ਬਾਡੀ ਬਿਲਡਿੰਗ ਦੀ ਦੁਨੀਆ ਵਿੱਚ ਅਜਿਹਾ ਬਾਡੀ ਬਿਲਡਰ ਜਾਂ ਅਜਿਹਾ ਜਿਮ ਜਾਣ ਵਾਲਾ ਜਿਸ ਨੂੰ ਅਜੇ ਕੁਝ ਕੁ ਮਹੀਨੇ ਹੋਏ ਹੈ ਜਿਮ ਜਾਂਦੇ ਨੂੰ ਤੇ ਉਹ ਵੀ ਇੱਕ ਮਾਰ ਕੋਚ ਦੇ ਅੰਦਰ ਚੰਗੇ ਡਾਈਟ ਪਲਾਨ ਦੇ ਨਾਲ ਉਸ ਨੂੰ ਇੱਕ ਬਿਗਨਰ ਸਟੇਟਸ ਵਾਲਾ ਬਾਡੀ ਬਿਲਡਰ ਜਾਂ ਜਿਮ ਜਾਣ ਵਾਲਾ ਮੰਨਿਆ ਜਾਵੇਗਾ ਤੇ ਉਸ ਨੂੰ ਕੁਝ ਤਜਰਬਾ ਹੋ ਗਿਆ ਉਸ ਨੇ ਕੁਝ ਮਸਲ ਮਾਸ ਹਾਸਲ ਕਰ ਲਿਆ ਯਾਨੀ ਉਸ ਨੂੰ 6 ਮਹੀਨੇ ਸਾਲ 1.5 ਸਾਲ ਹੋ ਗਿਆ ਜਿਮ ਜਾਂਦੇ ਨੂੰ 2 ਸਾਲ ਹੋ ਗਿਆ ਤਾਂ ਉਹ ਇੰਟਰਮੀਡੀਏਟ ਸਟੇਟਸ ਵਾਲਾ ਜਿਮ ਜਾਣ ਵਾਲਾ ਹੋਵੇਗਾ ਇੱਕ ਜਿਮ ਜਾਣ ਵਾਲਾ ਜਾਂ ਇੱਕ ਬਾਡੀ ਬਿਲਡਰ ਉਸ ਨੂੰ ਜਿਮ ਜਾਂਦਿਆਂ ਕਈ ਸਾਲ ਹੋ ਗਿਆ ਉਸ ਨੂੰ ਕਾਫੀ ਤਜਰਬਾ ਹੈ ਪ੍ਰੋਗ ਬਾਰੇ ਕਾਫੀ ਜਾਣਕਾਰੀ ਹੈ ਅਸ ਬਾਡੀ ਬਿਲਡਰ ਜਾਂ ਉਸ ਜਿਮ ਜਾਣ ਵਾਲੇ ਦਾ ਜੋ ਟ੍ਰੇਨਿੰਗ ਸਟੇਟਸ ਹੈ ਐਡਵਾਂਸ ਹੋਵੇਗਾ ਜਿਮ ਜਾਂਦਿਆਂ ਨੂੰ ਬਹੁਤ ਥੋੜਾ ਸਮਾਂ ਹੋਇਆ ਟ੍ਰੇਨਿੰਗ ਸਟੇਟਸ ਹੋਇਆ ਬਿਗਨਰ ਜਿਮ ਜਾਂਦਿਆਂ ਕੋਝ ਸਮਾਂ ਹੋ ਗਿਆ ਟ੍ਰੇਨਿੰਗ ਸਟੇਟਸ ਹੋਇਆ ਇੰਟਰਮੀਡੀਏਟ ਜੇ ਤੁਹਾਨੂੰ ਜਿਮ ਜਾਂਦਿਆਂ ਕਾਫੀ ਸਮਾਂ ਹੋ ਗਿਆ ਤੁਹਾਨੂੰ ਚੰਗਾ ਤਜਰਬਾ ਹੈ ਤੁਹਾਡਾ ਟ੍ਰੇਨਿੰਗ ਸਟੇਟਸ ਹੋ ਗਿਆ ਐਡਵਾਂਸ ਜੇ ਤੁਸੀਂ ਬਿਗਨਰਸ ਟ੍ਰੇਨਿੰਗ ਸਟੇਟਸ ਵਾਲੇ ਹੋ ਐਡਵਾਂਸ ਲੈਵਲ ਦਾ ਟ੍ਰੇਨਿੰਗ ਪ੍ਰੋਗਰਾਮ ਹੈ ਟ੍ਰਿਪਲ ਐਮ ਇਹ ਤੁਹਾਡੇ ਉੱਪਰ ਸਖਤ ਹੋ ਗੁਜ਼ਰਨਾ ਤੁਹਾਡਾ ਜੋ ਸਰੀਰ ਹੈ ਇੰਨੀ ਇੰਟੈਂਸਿਟੀ ਨੂੰ ਸਹਿਣ ਨਹੀਂ ਕਰ ਪਾਵੇਗਾ ਅਤੇ ਨਾ ਹੀ ਤੁਹਾਡੇ ਸਰੀਰ ਨੂੰ ਇੰਨੀਆਂ ਐਡਵਾਂਸ ਟੈਕਨੀਕ ਦੀ ਜ਼ਰੂਰਤ ਇੱਕ ਬਿਗਨਰਸ ਲੈਵਲ ਦਾ ਜੋ ਬਾਡੀ ਬਿਲਡਰ ਜਾਂ ਜਿਮ ਜਾਣ ਵਾਲਾ ਹੁੰਦਾ ਉਸ ਨੂੰ ਆਪਣਾ ਜੋ ਟ੍ਰੇਨਿੰਗ ਪ੍ਰੋਗਰਾਮ ਹੈ ਉਹ ਜ਼ਿਆਦਾ ਗੁੰਝਲਦਾਰ ਜ਼ਿਆਦਾ ਤਕਨੀਕੀ ਨਹੀਂ ਬਣਾਉਣਾ ਚਾਹੀਦਾ ਇਸ ਤਰ੍ਹਾਂ ਉਸ ਦੀ ਬਾਡੀ ਓਵਰ ਟ੍ਰੇਨ ਹੋ ਜਾਂਦੀ ਹੈ ਸਭ ਤੋਂ ਪਹਿਲੀ ਗਲਤੀ ਕਿ ਤੁਸੀਂ ਬਿਗਨਰਸ ਟ੍ਰੇਨਿੰਗ ਸਟੇਟਸ ਵਾਲੇ ਬੋਡੀ ਬਿਲਡਰ ਹੋ ਇਸ ਲਈ ਤੁਹਾਡੇ ਉੱਪਰ ਇਹ ਟ੍ਰੇਨਿੰਗ ਪ੍ਰੋਗਰਾਮ ਅਸਰ ਨਹੀਂ ਕਰ ਰਿਹਾ ਦੂਸਰੀ ਗਲਤੀ ਜਿਸ ਕਾਰਨ ਇਹ ਟ੍ਰੇਨਿੰਗ ਪ੍ਰੋਗਰਾਮ ਤੁਹਾਡੇ ਉੱਪਰ ਅਸਰ ਨਹੀਂ ਕਰੇਗਾ ਉਹ ਹੈ ਕਿ ਤੁਹਾਡਾ ਡਾਈਟ ਪਲਾਨ ਹੀ ਠੀਕ ਨਹੀਂ ਜਾਂ ਤਾਂ ਤੁਹਾਨੂੰ ਪੂਰਾ ਨਿਊਟ੍ਰੀਸ਼ਨ ਮਿਲ ਹੀ ਨਹੀਂ ਰਿਹਾ ਤੁਹਾਡਾ ਡਾਈਟ ਪਲਾਨ ਹੀ ਅਜਿਹਾ ਹੈ ਕਿ ਤੁਹਾਡੀ ਰੋਜ਼ਾਨਾ ਦੀ ਪ੍ਰੋਟੀਨ ਇਨਟੇਕ ਤੱਕ ਪੂਰੀ ਨਹੀਂ ਹੋ ਰਹੀ ਤਾਂ ਇਸ ਤਰ੍ਹਾਂ ਵੀ ਤੁਹਾਡਾ ਸਰੀਰ ਇਸ ਟ੍ਰੇਨਿੰਗ ਪ੍ਰੋਗਰਾਮ ਨਾਲ ਓਵਰ ਟ੍ਰੇਨ ਹੋ ਜਾਵੇਗਾ ਅਤੇ ਤੁਹਾਨੂੰ ਫਾਇਦੇ ਦੀ ਜਗ੍ਹਾ ਨੁਕਸਾਨ ਹੋ ਸਕਦਾ ਤੀਸਰੀ ਗਲਤੀ ਆ ਜੋ ਜਿਸ ਕਾਰਨ ਟ੍ਰਿਪਲ ਐਮ ਟ੍ਰੇਨਿੰਗ ਪ੍ਰੋਗਰਾਮ ਬੇਅਸਰ ਹੋ ਸਕਦਾ ਉਹ ਹੈ ਕਿ ਤੁਹਾਡਾ ਹਾਜਮਾ ਹੀ ਖਰਾਬ ਹੈ ਹੋ ਸਕਦਾ ਤੁਹਾਡਾ ਡਾਈਟ ਪਲਾਨ ਠੀਕ ਹੋਵੇ ਤੁਸੀਂ ਆਪਣੇ ਵਜ਼ਨ ਅਨੁਸਾਰ ਪ੍ਰੋਟੀਨ ਇਨ ਟੇਕ ਕਰ ਰਹੇ ਹੋ ਕਾਰਬੋਹਾਈਡਰੇਟਸ ਫੈਟ ਟੋਟਲ ਕੈਲਰੀਜ਼ ਵੀ ਤੁਸੀਂ ਗਿਣ ਕੇ ਲੈ ਰਹੇ ਹੋ ਜ਼ਰੂਰ ਤੋਂ ਥੋੜੀ ਜ਼ਿਆਦਾ ਹੀ ਲੈ ਰਹੇ ਹੋ ਪਰ ਤੁਹਾਡਾ ਹਾਜਮਾ ਕਮਜ਼ੋਰ ਹੈ ਮੇਦਾ ਕਮਜ਼ੋਰ ਹੈ ਥੋੜਾ ਖਾਣ ਤੇ ਵੀ ਤੁਹਾਡਾ ਪੇਟ ਆਫਰ ਜਾਂਦਾ ਤੇ ਜੋ ਵੀ ਤੁਸੀਂ ਖੁਰਾਕ ਗੈਨ ਮੰਨ ਕੇ ਖਾ ਰਹੇ ਹੋ ਉਹ ਹੈ ਤਾਂ ਤੁਹਾਡੀ ਜ਼ਰੂਰਤ ਅਨਸਾਰ ਤੁਹਾਡੇ ਗੋਲ ਅਨਸਾਰ ਪਰ ਉਹ ਤੁਹਾਡੇ ਹਾਜਮੇ ਨਹੀਂ ਹੋ ਰਹੀ ਸਾਰਾ ਦਿਨ ਤੁਹਾਨੂੰ ਪੇਟ ਭਰਿਆ ਭਰਿਆ ਲੱਗਦਾ ਤੁਹਾਨੂੰ ਆਪਣੀਆਂ ਲੱਤਾਂ ਭਾਰੀਆਂ ਲੱਗਦੀਆਂ ਲੋਅਰ ਬੈਕ ਥੱਕੀ ਰਹਿੰਦੀ ਹੈ ਤੁਹਾਨੂੰ ਨੀਂਦ ਨਹੀਂ ਆਉਂਦੀ ਤਾਂ ਇਹ ਹਾਜਮੇ ਦੇ ਕਮਜ਼ੋਰ ਹੋਣ ਦੇ ਲੱਛਣ ਹੁੰਦੇ ਆ ਤਾਂ ਜੇ ਤੁਹਾਡਾ ਡਾਈਟ ਪਲਾਨ ਵੀ ਸਹੀ ਹੈ ਪਰ ਤੁਹਾਡਾ ਹਾਜਮਾ ਹੀ ਕਮਜ਼ੋਰ ਹੈ ਤਾਂ ਫੇਰ ਵੀ ਟ੍ਰਿਪਲ ਐਮ ਟ੍ਰੇਨਿੰਗ ਪ੍ਰੋਗਰਾਮ ਤੁਹਾਡੇ ਉੱਪਰ ਕੋਈ ਅਸਰ ਨਹੀਂ ਕਰੇਗਾ ਇਸ ਤੋਂ ਅਗਲੀ ਗਲਤੀ ਹੈ ਕਿ ਹੋ ਸਕਦਾ ਤੁਹਾਡਾ ਡਾਈਟ ਪਲਾਨ ਵੀ ਠੀਕ ਹੋਵੇ ਤੁਹਾਡਾ ਹਾਜਮਾ ਵੀ ਤਕੜਾ ਹੋਵੇ ਟ੍ਰੇਨਿੰਗ ਪ੍ਰੋਗਰਾਮ ਇਸ ਲਈ ਬੇਅਸਰ ਹੋ ਸਕਦਾ ਕਿ ਤੁਹਾਡੀ ਜੋ ਨੀਂਦ ਆ ਉਹ ਪੂਰੀ ਨਹੀਂ ਹੋ ਰਹੀ ਕਿਉਂਕਿ ਇਹ ਜੋ ਟ੍ਰੇਨਿੰਗ ਪ੍ਰੋਗਰਾਮ ਹੈ ਇਹ ਬਹੁਤ ਸਖਤ ਹੈ ਬਹੁਤ ਇੰਟੈਂਸ ਹੈ ਇਸ ਤੋਂ ਬਾਅਦ ਤੁਹਾਨੂੰ ਬਹੁਤ ਗਹਿਰੀ ਅਤੇ ਜ਼ਰੂਰਤ ਅਨੁਸਾਰ ਨੀਂਦ ਦੀ ਲੋੜ ਹੁੰਦੀ ਹੈ ਕਿਉਂਕਿ ਸਰੀਰ ਨੇ ਜੋ ਅਸਲ ਵਿੱਚ ਰਿਕਵਰ ਹੋਣਾ ਹੁੰਦਾ ਉਹ ਤਾਂ ਨੀਂਦ ਦੌਰਾਨ ਹੀ ਹੋਣਾ ਹੁੰਦਾ ਜੇ ਤੁਸੀਂ ਘੱਟ ਸੌ ਰਹੇ ਹੋ ਜਾਂ ਤੁਹਾਡੀ ਨੀਂਦ ਵਿੱਚ ਕਿਸੇ ਪ੍ਰਕਾਰ ਦੀ ਮੁਸ਼ਕਲ ਆ ਰਹੀ ਹੈ ਫਿਰ ਵੀ ਇਹ ਟ੍ਰੇਨਿੰਗ ਪ੍ਰੋਗਰਾਮ ਤੁਹਾਡੇ ਸਰੀਰ ਨੂੰ ਓਵਰ ਟ੍ਰੇਨ ਕਰ ਦੇਵੇਗਾ ਅਤੇ ਤੁਹਾਡਾ ਸਰੀਰ ਥੱਕਣ ਲੱਗੇਗਾ ਤੁਹਾਨੂੰ ਨਤੀਜੇ ਨਹੀਂ ਮਿਲਣਗੇ ਇਸ ਤੋਂ ਅਗਲੀਆਂ ਗਲਤੀਆਂ ਦੀ ਜੋ ਮੈਂ ਗੱਲ ਕਰਨ ਜਾ ਰਿਹਾ ਆ ਉਹ ਆ ਤੁਹਾਡੀ ਟ੍ਰੇਨਿੰਗ ਨਾਲ ਜੁੜੀਆਂ ਹੋਈਆਂ ਟ੍ਰੇਨਿੰਗ ਦੀਆਂ ਕੁਝ ਗਲਤੀਆਂ ਜਿੰਨਾ ਕਾਰਨ ਕੋਈ ਵੀ ਟ੍ਰੇਨਿੰਗ ਪ੍ਰੋਗਰਾਮ ਕਿਉਂ ਨਾ ਹੋਵੇ ਉਹ ਬੇਅਸਰ ਹੋ ਜਾਂਦਾ ਹੈ ਅਬ ਤੋਂ ਪਹਿਲੀ ਗਲਤੀ ਹੁੰਦੀ ਹੈ ਕਿ ਜਦੋਂ ਕੋਈ ਵੀ ਤੁਸੀਂ ਕਸਰਤ ਕਰਦੇ ਆ ਵਜਨ ਨੂੰ نیچے ਨੂੰ ਸਲੋ ਨਹੀਂ ਲੈ ਕੇ ਜਾਂਦੇ। ਇਹ ਬਹੁਤ ਹੀ ਗੰਭੀਰ ਗਲਤੀ ਹੁੰਦੀ ਹੈ। ਜਦੋਂ ਤੁਸੀਂ ਕਸਰਤ ਦੌਰਾਨ ਵਜਨ ਨੂੰ ਉੱਪਰ ਚੱਕਦੇ ਹੋ ਚਾਹੇ ਤੇਜ਼ੀ ਨਾਲ ਚੱਕੋ ਚਾਹੇ ਧੀਮੀ ਗਤੀ ਨਾਲ ਚੱਕੋ ਤਾਂ ਉਹ ਤੁਸੀਂ ਚੱਕਦੇ ਹੋ ਪਰ نیچے ਵਜਨ ਆਪਣੇ ਆਪ ਡਿੱਗਣਾ ਹੀ ਡਿੱਗਣਾ ਹੁੰਦਾ। ਤਾਂ ਇਸ ਤਰ੍ਹਾਂ ਜੇ ਕਿਸੇ ਵੀ ਕਸਰਤ ਦੌਰਾਨ ਤੁਹਾਡਾ ਚੱਕਿਆ ਗਿਆ ਵਜ਼ਨ ਚਾਹੇ ਮਸ਼ੀਨ ਵਿੱਚ ਆ ਚਾਹੀ ਡੰਬਲ ਵਿੱਚ ਆ ਚਾਹੀ ਬਾਰਬਲ ਵਿੱਚ ਆ ਜੇ ਉਹ ਤੇਜ਼ੀ ਨਾਲ ਨੀਚੇ ਜਾ ਰਿਹਾ ਤਾਂ ਉਹ ਆਪਣੇ ਆਪ ਜਾ ਰਿਹਾ ਉਹ ਆਪਣੀ ਮਰਜ਼ੀ ਨਾਲ ਜਾ ਰਿਹਾ ਅਤੇ ਤੁਸੀਂ ਸਿਰਫ ਅੱਧਾ ਰੈਪਸ ਲਾ ਰਹੇ ਹੋ ਅਤੇ ਉਹ ਆ ਵਜ਼ਨ ਨੂੰ ਉੱਪਰ ਚੱਕਣ ਵਾਲਾ ਨੀਚੇ ਨੂੰ ਜਦੋਂ ਤੇਜ਼ੀ ਨਾਲ ਲੈ ਕੇ ਜਾਂਦੇ ਹੋ ਤੁਸੀਂ ਵਜ਼ਨ ਨੂੰ ਤਾਂ ਉਹ ਤੁਸੀਂ ਨਹੀਂ ਵਜ਼ਨ ਆਪਣੇ ਆਪ ਹੀ ਜਾਂਦਾ ਤੁਹਾਡਾ ਕੰਮ ਹੁੰਦਾ ਵਜ਼ਨ ਨੂੰ ਨੀਚੇ ਜਾਂਦੋਂ ਜਿੰਨੀ ਦੇਰ ਹੋ ਸਕੇ ਰੋਕਣਾ ਗ੍ਰੈਵਿਟੀ ਦਾ ਮੁਕਾਬਲਾ ਕਰਨਾ ਗੁਰੂਤਾਕਰਸ਼ਨ ਦਾ ਮੁਕਾਬਲਾ ਕਰਨਾ ਫੇਰ ਹੀ ਉਹ ਰੈਪ ਹੈ ਜੋ ਪੂਰੀ ਤਰ੍ਹਾਂ ਅਸਰਦਾਰ ਗਿਣਿਆ ਜਾਵੇਗਾ ਕਿਉਂਕਿ ਰੈਪ ਦਾ ਜੋ ਪੋਜ਼ਿਟਿਵ ਫੇਜ਼ ਹੁੰਦਾ ਯਾਨੀ ਵਜ਼ਨ ਨੂੰ ਉੱਪਰ ਚੱਕਣਾ ਉਸ ਵਕਤ ਜ਼ਿਆਦਾ ਗਰੋਥ ਨਹੀਂ ਹੁੰਦੀ ਜਦੋਂ ਵਜ਼ਨ ਨੀਚੇ ਜਾਂਦਾ ਤਾਂ ਉਹ ਸਮਾਂ ਹੀ ਹੁੰਦਾ ਜਦੋਂ ਤੁਹਾਡੇ ਮਸਲ ਵਿੱਚ ਅਜਿਹੀਆਂ ਤਬਦੀਲੀਆਂ ਹੁੰਦੀਆਂ ਜਿੰਨਾ ਕਾਰਨ ਮਸਲ ਵੱਡੇ ਹੁੰਦੇ ਹਨ ਇਸ ਤੋਂ ਅਗਲੀ ਜੋ ਗਲਤੀ ਹੈ ਟ੍ਰੇਨਿੰਗ ਨਾਲ ਜੁੜੀ ਹੋਈ ਜਿਸ ਕਾਰਨ ਟ੍ਰਿਪਲ ਐਮ ਟ੍ਰੇਨਿੰਗ ਪ੍ਰੋਗਰਾਮ ਜਾਂ ਕੋਈ ਵੀ ਟ੍ਰੇਨਿੰਗ ਪ੍ਰੋਗਰਾਮ ਬੇਅਸਰ ਹੋ ਜਾਂਦਾ ਉਹ ਹੁੰਦੀ ਹੈ ਕਿ ਤੁਸੀਂ ਕਿਸੇ ਵੀ ਕਸਰਤ ਦੌਰਾਨ ਆਪਣੀ ਪਕੜ ਨੂੰ ਢਿੱਲੀ ਰੱਖਦੇ ਹੋ ਜਦੋਂ ਤੁਸੀਂ ਬਾਰ ਬਲ ਜਾਂ ਡੰਬਲ ਜਾਂ ਕਿਸੇ ਪ੍ਰਕਾਰ ਦੇ ਹੈਂਡਲ ਉੱਪਰ ਹੱਥ ਨੂੰ ਢਿੱਲਾ ਪਾਉਂਦੇ ਹੋ ਤਾਂ ਤੁਹਾਡਾ ਜੋ ਮਾਈਂਡ ਮਸਲ ਕਨੈਕਸ਼ਨ ਆ ਬਹੁਤ ਵੀਕ ਹੁੰਦਾ ਕਿਉਂਕਿ ਸਾਡੇ ਹੱਥਾਂ ਵਿੱਚ ਨਰਵ ਐਂਡਿੰਗ ਹੁੰਦੀਆਂ ਤਾਂ ਜਦੋਂ ਤੁਸੀਂ ਹੱਥ ਨੂੰ ਪੂਰੀ ਤਰ੍ਹਾਂ ਕਾਸਕੇ ਡੰਬਲ ਬਾਰਬਲ ਜਾਂ ਕਿਸੇ ਹੈਂਡਲ ਉੱਪਰ ਪਾਉਂਦੇ ਹੋ ਤਾਂ ਫੇਰ ਹੀ ਉਹ ਨਰਵ ਹੈ ਜੋ ਉਹ ਪੂਰੀ ਤਰ੍ਹਾਂ ਐਕਟੀਵੇਟ ਹੁੰਦੀਆਂ ਕਹਿ ਸਕਦੇ ਹੋ ਅਤੇ ਇਹ ਜੋ ਨਰਵ ਹੈ ਇਹ ਇੱਕ ਪ੍ਰਕਾਰ ਦੀਆਂ ਨਾੜਾਂ ਹੀ ਹੁੰਦੀਆਂ ਜੋ ਕਰੰਟ ਨੂੰ ਸਾਡੇ ਮਸਲ ਤੋਂ ਸਾਡੇ ਦਿਮਾਗ ਤੱਕ ਲੈ ਕੇ ਜਾਂਦੀਆਂ ਅਤੇ ਜਿੰਨਾ ਜ਼ਿਆਦਾ ਕਰੰਟ ਤੁਹਾਡੇ ਮਸਲ ਤੋਂ ਤੁਹਾਡੇ ਦਿਮਾਗ ਤੱਕ ਜਾਵੇਗਾ ਓਨਾ ਹੀ ਜ਼ਿਆਦਾ ਮਜ਼ਬੂਤ ਮਾਈਂਡ ਮਸਲ ਕਨੈਕਸ਼ਨ ਕਿਹਾ ਜਾਵੇਗਾ ਤਾਂ ਇਸ ਤਰ੍ਹਾਂ ਕਿਸੇ ਵੀ ਕਸਰਤ ਦੌਰਾਨ ਵਜਨ ਨੂੰ نیچے ਜਿੰਨਾ ਹੋ ਸਕੇ ਧੀਮੀ ਗਤੀ ਨਾਲ ਲੈ ਕੇ ਜਾਓ ਆਪਣੀ ਮਰਜ਼ੀ ਨਾਲ ਵਜਨ ਨੂੰ نیچے ਲੈ ਕੇ ਜਾਓ ਅਤੇ ਕੋਈ ਵੀ ਕਸਰਤ ਕਰਦੇ ਹੋਏ ਹਲਕੀ ਜਾਂ ਭਾਰੀ ਹੱਥਾਂ ਨੂੰ ਪੂਰੀ ਤਰ੍ਹਾਂ ਟਾਈਟ ਰੱਖੋ ਤਾਂ ਇਹ ਕੁਝ ਮੁੱਖ ਗਲਤੀਆਂ ਜਿਨ੍ਹਾਂ ਕਾਰਨ ਇਹ ਐਡਵਾਂਸ ਲੈਵਲ ਦਾ ਟ੍ਰੇਨਿੰਗ ਪ੍ਰੋਗਰਾਮ ਟ੍ਰਿਪਲ ਐਮ ਤੁਹਾਡੇ ਉੱਪਰ ਬੇਅਸਰ ਹੋ ਜਾਵੇਗਾ ਇਹਨਾਂ ਗਲਤੀਆਂ ਨੂੰ ਤੁਰੰਤ ਸੁਧਾਰ ਦਿਓ ਜੇ ਤੁਹਾਡਾ ਹਾਜਮਾ ਖਰਾਬ ਹੈ ਤੁਹਾਡੇ ਕੋਲ ਇੱਕ ਚੰਗਾ ਡਾਈਟ ਪਲਾਨ ਨਹੀਂ। ਆ ਵੀਡੀਓ ਦੇ ਡਿਸਕ੍ਰਿਪਸ਼ਨ ਵਿੱਚ ਤੁਹਾਨੂੰ ਦੋ ਵੀਡੀਓ ਮਿਲਣੀਆਂ। ਇੱਕ ਵਿੱਚ ਤੁਹਾਨੂੰ ਤੁਹਾਡਾ ਹਾਜਮਾ, ਤੁਹਾਡਾ ਮੇਦਾ ਮਜ਼ਬੂਤ ਕਰਨ ਦੀ ਹਰ ਜ਼ਰੂਰੀ ਤਕਨੀਕ ਬਾਰੇ ਸ਼ੁੱਧ ਪੰਜਾਬੀ ਪਿੰਡੂ ਭਾਸ਼ਾ ਸਮਝਾਇਆ ਗਿਆ। ਉਸ ਵੀਡੀਓ ਨੂੰ ਦੇਖੋ। ਉਸ ਵਿੱਚ ਦਸੀਆਂ ਤਕਨੀਕ ਦਾ ਇਸਤੇਮਾਲ ਕਰੋ। ਇੱਕ ਹਫ਼ਤੇ ਵਿੱਚ ਤੁਹਾਡਾ ਮੇਦਾ ਮਜ਼ਬੂਤ ਹੋਵੇਗਾ। ਤੁਹਾਨੂੰ ਇੰਨੀ ਤੇਜ਼ ਭੁੱਖ ਲੱਗੇਗੀ ਤੁਸੀਂ ਹੈਰਾਨ ਹੋ ਜਾਓਗੇ। ਅਸ ਤੋਂ ਬਾਅਦ ਦੂਸਰੀ ਵੀਡੀਓ ਦੇਖੋ ਜੋ ਕਿ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਵਿੱਚ ਹੀ ਮਿਲਣੀ ਹੈ ਉਸ ਵਿੱਚ ਦੱਸੀਆਂ ਤਕਨੀਕ ਅਨੁਸਾਰ ਤੁਸੀਂ ਇੱਕ ਚੰਗਾ ਡਾਈਟ ਪਲਾਨ ਖੁਦ ਤਿਆਰ ਕਰ ਸਕੋਗੇ ਆਪਣੇ ਲਈ ਤਾਂ ਤੁਹਾਡਾ ਹਾਜਮਾ ਵੀ ਮਜ਼ਬੂਤ ਹੋ ਜਾਣਾ ਅਤੇ ਤੁਹਾਡੇ ਕੋਲ ਇੱਕ ਜ਼ਬਰਦਸਤ ਡਾਈਟ ਪਲਾਨ ਵੀ ਹੋਵੇਗਾ ਜੇ ਤੁਸੀਂ ਬਿਗਨਰਸ ਸਟੇਟਸ ਵਾਲੇ ਜਿਮ ਜਾਣ ਵਾਲੇ ਹੋ ਹਾਈ ਇੰਟੈਂਸਿਟੀ ਟ੍ਰੇਨਿੰਗ ਪ੍ਰੋਗਰਾਮ ਜੋ ਅ ਬਿਗਨਰਸ ਲੈਵਲ ਵਾਲੇ ਲਈ 100% ਅਸਰਦਾਰ ਉਹ ਵੀ ਤੁਹਾਨੂੰ ਇੱਛਾਤਾਰੀ ਫਿਟਨੈਸ ਚੈਨਲ ਉੱਪਰ ਮਿਲ ਜਾਣਾ ਉਸ ਦਾ ਲਿੰਕ ਵੀ ਮੈਂ ਡਿਸਕ੍ਰਿਪਸ਼ਨ ਬਾਕਸ 'ਚ ਦੇ ਦਿੱਤਾ। ਉਸ ਟ੍ਰੇਨਿੰਗ ਪ੍ਰੋਗਰਾਮ ਨੂੰ ਕਾਪੀ ਉੱਪਰ ਨੋਟ ਕਰ ਲਓ ਅਤੇ ਉਸੇ ਅਨੁਸਾਰ ਕਸਰਤ ਕਰੋ ਜੇ ਤੁਹਾਡਾ ਟ੍ਰੇਨਿੰਗ ਸਟੇਟਸ ਬਿਗਨਰਸ। ਵੀਡੀਓ ਪਸੰਦ ਆਈ ਹੈ ਲਾਈਕ ਕਰ ਦਿਓ। ਵੀਡੀਓ ਨੂੰ ਸ਼ੇਅਰ ਵੀ ਜ਼ਰੂਰ ਕਰਨਾ ਕਿਉਂਕਿ ਸਾਡਾ ਇਹ ਇੱਛਾਤਾਰੀ ਫਿਟਨੈਸ ਚੈਨਲ ਬਾਕੀ ਸਭ ਚੈਨਲਾਂ ਨਾਲੋਂ ਬਿਲਕੁਲ ਅਲੱਗ ਹੈ। ਐਸ ਨੂੰ ਅਸੀਂ ਜਲਦੀ ਤੋਂ ਜਲਦੀ ਗਰੋ ਕਰਨਾ ਅਤੇ ਇਹ ਤੁਹਾਡੇ ਸਾਥ ਬਿਗੈਰ ਹੋਣਾ ਅਸੰਭਵ ਹੈ ਇਸ ਲਈ ਮੇਰੀ ਹਰ ਵੀਡੀਓ ਨੂੰ ਜਿਸ ਨਾਲ ਤੁਸੀਂ ਸਹਿਮਤ ਹੋਵੋ ਜਾਂ ਜੋ ਵੀਡੀਓ ਤੁਹਾਡੇ ਗਿਆਨ ਵਿੱਚ ਵਾਧਾ ਕਰੇ ਜਾਂ ਜੋ ਵੀਡੀਓ ਤੁਹਾਨੂੰ ਕੋਈ ਫਾਇਦਾ ਕਰੇ ਤਾਂ ਉਸ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਵੀ ਕਰਨਾ ਧੰਨਵਾਦ